ਬੰਦ ਸੀਵਰੇਜ ਔਰ ਸ਼ਹਿਰ ਦੀ ਮਦਹਾਲੀ ਦੱਸਦੀ ਹੈ ਕਿ ਜਿਹੜੀ 5 ਸਾਲ ਇੱਥੇ ਨਗਰ ਨਿਗਮ ਕਾਂਗਰਸ ਦੀ ਰਹੀ ਜਾਂ ਪਿਛਲੇ 28 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜਲੰਧਰ ਸਮਾਰਟ ਸਿਟੀ 'ਚ ਜਿਹੜਾ ਪੈਸਾ ਆਇਆ ਉਹ ਖੁਰਦ ਫੁਰਦ ਹੋਇਆ, ਉਹ 'ਚ ਕੌਣ ਜ਼ਿੰਮੇਵਾਰ ਹੈ, ਕਿਹੜੇ ਅਫਸਰ, ਕਿਹੜੇ ਮੇਅਰ, ਡਿਪਟੀ ਮੇਅਰ ਜ਼ਿੰਮੇਵਾਰ ਨੇ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਜਲੰਧਰ ਜਵਾਬ ਮੰਗ ਰਿਹਾ ਕਿ ਅੱਜ ਭਗਵੰਤ ਮਾਨ ਸਾਹਿਬ ਨੇ ਡੇਰਾ ਲਗਾਇਆ, ਕਹਿੰਦੇ ਮੈਂ ਘਰ ਇੱਥੇ ਲੱਲਿਆ, ਮੈਂ ਇੱਥੇ ਰਹਿ ਰਿਹਾ। ਭਗਵੰਤ ਮਾਨ ਸਾਹਿਬ, ਇਹ ਨੌਬਤ ਕਿਉਂ ਆਈ? 28 ਮਹੀਨੇ 'ਚ ਜੇ 28 ਫੇਰੀਆਂ ਵੀ ਜਲੰਧਰ ਲੱਗੀਆਂ ਹੁੰਦੀਆਂ ਤੇ ਅੱਜ ਇੱਥੇ ਬਹਿਣਾ ਨਾ ਪੈਂਦਾ। ਭਗਵੰਤ ਮਾਨ ਸਾਹਿਬ ਨੇ, ਯਾਦ ਹੋਏਗਾ ਤੁਹਾਨੂੰ, ਚੁਣਾਵ ਲੜਿਆ ਸੀ, ਕਿਹਾ ਸੀ ਕਿ 24 ਘੰਟੇ 'ਚ ਪੰਜਾਬ 'ਚ ਨਸ਼ਾ ਖਤਮ। 28 ਮਹੀਨਿਆਂ ਬਾਅਦ ਉਹਨਾਂ ਨੂੰ ਯਾਦ ਆਇਆ ਹੈ, ਕਿਉਂਕਿ 28 ਮਹੀਨੇ ਸੱਤਾ ਦਾ ਮਤ ਸੀ, ਪੋਲੀਟੀਕਲ ਟੂਰਿਜ਼ਮ ਸੀ, ਬੀਤੀ ਸੀ ਭਗਵੰਤ ਮਾਨ ਸਾਹਿਬ, ਅਹੰਕਾਰ ਸੀ ਕਿ ਮੇਰੀ ਇੰਨੀਆਂ ਸੀਟਾਂ ਆ ਗਈਆਂ। ਹੁਣ 28 ਮਹੀਨਿਆਂ ਬਾਅਦ ਮੀਟਿੰਗ ਕੀਤੀ ਹੈ, ਜਿਹੜਾ ਕੰਮ 24 ਘੰਟੇ 'ਚ ਕਰਨ ਦਾ ਵਾਅਦਾ ਸੀ, 28 ਘੰਟਿਆਂ ਬਾਅਦ ਮੀਟਿੰਗ ਕੀਤੀ ਹੈ ਕਿ ਪੰਜਾਬ 'ਚ ਨਸ਼ਾ ਖਤਮ। ਲੇਕਿਨ ਭਗਵੰਤ ਮਾਨ ਸਾਹਿਬ, ਇਹ ਤਾਂ ਦੱਸਣਾ ਪਏਗਾ ਕਿ 24 ਘੰਟਿਆਂ ਦਾ ਕੰਮ 28 ਮਹੀਨਿਆਂ ਬਾਅਦ ਕਿਉਂ? ਮੈਨੂੰ ਯਾਦ ਹੈ ਇੱਕ ਬੜਾ ਸਲੋਗਨ ਸੀ, ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਚਾਹੇ ਉਹ ਰੋਡਵੇਜ਼ ਦੇ ਨੇ, ਚਾਹੇ ਕਾਰਪੋਰੇਸ਼ਨ ਦੇ ਨੇ, ਚਾਹੇ ਕਿਸੇ ਡਿਪਾਰਟਮੈਂਟ, ਪੰਜਾਬ ਦਾ ਬੰਦਾ ਜਿਹੜਾ ਕੱਚਾ ਉਹਨੂੰ ਪੱਕਾ ਕੀਤਾ। ਇਹ ਪਰਸੋਂ ਮੀਟਿੰਗ ਕੀਤੀ, ਉਹਦੇ ਵਾਸਤੇ ਵੀ ਸਮਾਂ ਨਹੀਂ ਮਿਲਿਆ, 28.5 ਮਹੀਨੇ ਬਾਅਦ 24 ਘੰਟੇ ਦਾ ਵਾਅਦਾ ਸੀ। ਹਾਲਾਤ ਇਹ ਨੇ ਕਿ ਵਾਅਦਾ ਖਿਲਾਫੀ ਦੇ ਕਾਰਨ ਇਹੋ ਜਿਹੀ ਪੋਲੀਟਿਕਸ ਕਰਕੇ, ਪੋਲੀਟਿਕਸ ਦਾ ਅਕਸ ਜਨਤਾ 'ਚ ਝੂਠ ਔਰ ਨਕਲੀ ਦਿਖਾਉਂਦਾ, ਔਰ ਵੋਟ ਉਹ ਵੀ ਮੰਗ ਰਹੇ ਨੇ ਜਿਹੜੇ ਕਹਿੰਦੇ ਸੀ ਕਿ 24 ਘੰਟਿਆਂ ਦੇ ਅੰਦਰ 1100 ਰੁਪਇਆ ਹਰ ਭੈਣ ਨੂੰ ਮਿਲੇ। ਮੈਂ ਤੇ ਕੱਲ ਬਹੁਤ ਘੁੰਮਿਆ, ਹਰ ਪਬਲਿਕ ਮੀਟਿੰਗ 'ਚ ਭੈਣਾਂ ਨੂੰ ਪੁੱਛਿਆ ਵੀ 1000 ਰੁਪਇਆ ਆਇਆ, ਇੱਕ ਨੇ ਵੀ ਹੱਥ ਨਹੀਂ। ਪੰਜਾਬ ਦੇ ਅੰਦਰ ਸਭ ਨਾਲੋਂ ਵੱਡੀ ਝੂਠੀ ਸਰਕਾਰ, ਨਾ ਸਮਝ ਸਰਕਾਰ, ਨਸਖੀਆ ਸਰਕਾਰ, ਨਲਾਇਕ ਸਰਕਾਰ, ਅੱਜ ਆਮ ਆਦਮੀ ਪਾਰਟੀ। ਪੰਜਾਬ ਦੇ ਵਿੱਚ ਆਮ ਨਾਗਰਿਕਾਂ, ਸ਼ਹਿਰ ਦੇ ਡਾਕਟਰ, ਸ਼ਹਿਰ ਦੇ ਸਿਰ ਕੱਢ ਲੋਕਾਂ ਨੂੰ ਫੋਨ ਆ ਰਹੇ ਫਰੋਤੀ ਦੇ, ਰੰਗਦਾਰੀ ਇਕੱਠੀ ਹੋ ਰਹੀ, ਅਪਹਰਨ, ਇੱਕ ਨਵੀਂ ਇੰਡਸਟਰੀ ਪੰਜਾਬ ਨੂੰ ਮਿਲੀ ਹੈ, ਇਹ ਤੋਹਫਾ ਹੈ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਸਰਕਾਰ ਦਾ। ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ, ਸ਼ਹਿਰ ਜੀ ਨੇ, ਕਿ ਭਗਵੰਤ ਮਾਨ ਸਾਹਿਬ, ਪੰਜਾਬ 'ਚ ਕੋਈ ਇੱਕ ਇੱਟ ਦਿਖਾਓ। ਅਰਵਿੰਦ ਕੇਜਰੀਵਾਲ ਖੁਦ ਅਦਾਲਤ 'ਚ ਗਏ, 9 ਵਾਰੀ ਏਜੰਸੀ ਨੇ ਕਿਹਾ ਆ ਕੇ ਜਵਾਬ ਦਿਓ, ਇਹ ਬੰਦਾ ਕਹਿ ਰਿਹਾ ਮੈਂ ਰਿਸ਼ਵਤ ਦਿੱਤੀ ਹੈ ਤੁਹਾਨੂੰ, ਇਹ ਬੰਦਾ ਕਹਿ ਰਿਹਾ ਰਿਸ਼ਵਤ ਦਾ ਪੈਸਾ ਮੇਰੇ ਰਾਹੀਂ ਪਹੁੰਚਿਆ, ਇਹ ਚੈਟਸ ਮੌਜੂਦ ਨੇ, ਤੁਹਾਡਾ ਕੀ ਜਵਾਬ ਹੈ? ਕਹਿੰਦੇ ਮੋਬਾਈਲ ਗਵਾਚ ਗਿਆ। 2 ਮੈਡੀਕਲ ਕਾਲਜ ਅੱਜ ਲਗਭਗ 3-3.5 ਸਾਲ ਹੋ ਗਏ ਆ, ਸੈਂਕਸ਼ਨ ਹੋਏ ਨੇ, 100-100 ਕਰੋੜ ਰੁਪਇਆ ਖਜ਼ਾਨੇ 'ਚ ਆ ਕੇ ਪਿਆ, ਮੁੱਖ ਮੰਤਰੀ ਸਾਹਿਬ ਨੇ ਨਹੀਂ। ਚੁਣਾਵ ਦਾ ਟਾਈਮ ਹੈ, ਇਸ ਪਿੱਛੇ ਮੈਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਕੇ ਸਿੱਧੀ ਚੁਣਾਵ ਦੀ ਗੱਲ ਕਰ ਰਿਹਾ। ਮੈਂ ਪਿੱਛੇ ਵੀ ਇੱਕ ਦਿਨ ਲਗਾ ਕੇ ਇੱਥੇ ਗਿਆ ਸੀ ਔਰ ਕੱਲ੍ਹ ਵੀ ਗਿਆ, ਪੂਰਾ ਦਿਨ ਇੱਥੇ ਇਲਾਕੇ 'ਚ ਘੁੰਮਿਆ। ਜਿਸ ਤਰ੍ਹਾਂ ਅੱਜ ਸਵੇਰੇ ਔਰ ਕੱਲ੍ਹ ਦਾ ਹਾਲਾਤ, ਇੱਥੇ ਸੀਵਰੇਜ ਦੇ ਪਾਣੀ ਖੜਾ ਹੈ, ਸੜਕਾਂ ਪਾਣੀ ਨਾਲ ਭਰੀਆਂ ਹੋਈਆਂ, ਜਦਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ, ਦੇਸ਼ ਦੀ ਕੇਂਦਰ ਦੀ ਸਰਕਾਰ ਨੇ, ਜਲੰਧਰ ਇੱਕ ਹਿਸਟੋਰੀਕਲ ਸਿਟੀ ਹੈ, ਉਸ ਜਲੰਧਰ ਨੂੰ ਸਮਾਰਟ ਸਿਟੀ 'ਚ ਸ਼ਾਮਲ ਕੀਤਾ ਔਰ ਸਮਾਰਟ ਸਿਟੀ ਅਸੀਂ 200 ਕਰੋੜ ਰੁਪਇਆ ਜਲੰਧਰ ਭੇਜਿਆ ਗਿਆ। ਜਲੰਧਰ ਦੇ ਅੰਦਰ ਉਹ ਪੈਸਾ ਕਿੱਥੇ ਲੱਗਾ ਹੈ, ਕਿਹੜਾ ਮਾਸਟਰ ਪ੍ਰੋਜੈਕਟ ਉਹ ਐਸਾ ਬਣਿਆ ਔਰ ਕਿਸ ਤਰ੍ਹਾਂ ਫੇਲ ਹੋਇਆ ਔਰ ਕਿਸ ਤਰ੍ਹਾਂ ਪੈਸੇ ਦੀ ਖੁਰਦ ਪੁਰਦ ਹੋਈ ਹੈ। ਸੜਕਾਂ ਤੇ ਖੜਾ ਪਾਣੀ, ਬੰਦ ਸੀਵਰੇਜ ਔਰ ਸ਼ਹਿਰ ਦੀ ਮਦਹਾਲੀ ਦੱਸਦੀ ਹੈ ਕਿ ਜਿਹੜੀ 5 ਸਾਲ
ਇੱਥੇ ਨਗਰ ਨਿਗਮ ਕਾਂਗਰਸ ਦੀ ਰਹੀ ਜਾਂ ਪਿਛਲੇ 28 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਦੀ ਜਾਂਚ ਹੋਣੀ ਚਾਹੀਦੀ। ਔਰ ਮੈਂ ਇੱਥੇ ਲੋਕਲ ਵੀ ਆਪਣੀ ਟੀਮ ਦੇ ਨਾਲ ਚਰਚਾ ਕੀਤੀ ਔਰ ਜਾਣਕਾਰੀਆਂ ਇਕੱਠੀਆਂ ਕੀਤੀਆਂ। ਜਲੰਧਰ ਸਮਾਰਟ ਸਿਟੀ 'ਚ ਜਿਹੜਾ ਪੈਸਾ ਆਇਆ ਉਹ ਖੁਰਦ ਬੁਰਦ ਹੋਇਆ, ਉਹ 'ਚ ਕੌਣ ਜ਼ਿੰਮੇਵਾਰ ਹੈ, ਕਿਹੜੇ ਅਫਸਰ, ਕਿਹੜੇ ਮੇਅਰ, ਡਿਪਟੀ ਮੇਅਰ ਜ਼ਿੰਮੇਵਾਰ ਨੇ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਔਰ ਜਲੰਧਰ ਦਾ ਚੁਣਾਵ ਆਪਣੇ ਆਪ 'ਚ ਕਈ ਚੀਜ਼ਾਂ ਦੇ ਜਵਾਬ ਮੰਗ, ਜਲੰਧਰ ਜਵਾਬ ਮੰਗ ਰਿਹਾ ਕਿ ਜੇ ਪੈਸਾ ਆਇਆ ਡਿਵੈਲਪਮੈਂਟ ਵਾਸਤੇ ਤੇ ਉਹ ਪੈਸਾ ਕਿੱਥੇ ਗਿਆ। ਜਲੰਧਰ ਜਵਾਬ ਮੰਗ ਰਿਹਾ ਕਿ ਅੱਜ ਭਗਵੰਤ ਮਾਨ ਸਾਹਿਬ ਨੇ ਡੇਰਾ ਲਗਾਇਆ, ਕਹਿੰਦੇ ਮੈਂ ਘਰ ਇੱਥੇ ਲੱਲਿਆ, ਮੈਂ ਇੱਥੇ ਰਹਿ ਰਿਹਾ। ਭਗਵੰਤ ਮਾਨ ਸਾਹਿਬ, ਇਹ ਨੌਬਤ ਕਿਉਂ ਆਈ? 28 ਮਹੀਨੇ 'ਚ ਜੇ 28 ਫੇਰੀਆਂ ਵੀ ਜਲੰਧਰ ਲੱਗੀਆਂ ਹੁੰਦੀਆਂ ਤੇ ਅੱਜ ਇੱਥੇ ਬਹਿਣਾ ਨਾ ਪੈਂਦਾ। ਭਗਵੰਤ ਮਾਨ ਸਾਹਿਬ ਨੇ, ਯਾਦ ਹੋਏਗਾ ਤੁਹਾਨੂੰ, ਚੁਣਾਵ ਲੜਿਆ ਸੀ, ਕਿਹਾ ਸੀ ਕਿ 24 ਘੰਟੇ 'ਚ ਪੰਜਾਬ 'ਚ ਨਸ਼ਾ ਖਤਮ ਹੋਏਗਾ। 28 ਮਹੀਨਿਆਂ ਬਾਅਦ ਉਹਨਾਂ ਨੂੰ ਯਾਦ ਆਇਆ, ਕਿਉਂਕਿ 28 ਮਹੀਨੇ ਸੱਤਾ ਦਾ ਮਤ ਸੀ, ਪੋਲੀਟੀਕਲ ਟੂਰਿਜ਼ਮ ਸੀ, ਬੀਤੀ ਸੀ ਭਗਵੰਤ ਮਾਨ ਸਾਹਿਬ। ਅਹੰਕਾਰ ਸੀ ਕਿ ਮੇਰੀ ਇੰਨੀਆਂ ਸੀਟਾਂ ਆ ਗਈਆਂ। ਹੁਣ 28 ਮਹੀਨਿਆਂ ਬਾਅਦ ਮੀਟਿੰਗ ਕੀਤੀ ਹੈ, ਜਿਹੜਾ ਕੰਮ 24 ਘੰਟੇ 'ਚ ਕਰਨ ਦਾ ਵਾਅਦਾ ਸੀ, 28 ਘੰਟਿਆਂ ਬਾਅਦ ਮੀਟਿੰਗ ਕੀਤੀ ਹੈ ਕਿ ਪੰਜਾਬ 'ਚ ਨਸ਼ਾ ਖਤਮ ਹੋਣਾ ਚਾਹੀਦਾ। ਪਲੈਨਿੰਗ ਉੱਤੇ ਕੋਈ ਨਹੀਂ, ਯੋਜਨਾ ਕੋਈ ਨਹੀਂ, ਕੋਈ ਮਾਸਟਰ ਪਲੈਨ ਨਹੀਂ। 10,000 ਪੁਲਿਸ ਦੇ ਮੁਲਾਜ਼ਮ ਬਦਲਤੇ, ਜੋ ਲਿਪਤ ਸੀ ਤੇ ਅੱਖਾਂ ਕਿਉਂ ਬੰਦ ਕੀਤੀਆਂ ਸੀ? ਕਿ ਆਈ ਵਾਸ਼ ਹੈ ਕਿ ਪੰਜਾਬ ਦੀ ਪੁਲਿਸ ਦਾ ਮਨੋਬਲ ਸੁੱਟਣ ਦਾ ਪ੍ਰਯਾਸ ਹੈ? ਜਵਾਬ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਕਿ ਜੇ ਸੱਚਮੁੱਚ 10,000 ਲੋਕ ਸ਼ਾਮਲ ਨੇ ਤੇ ਇੱਕ ਦਿਨ 'ਚ ਜਾਣਕਾਰੀ ਆਈ ਹੈ, ਹਰਨ ਤੋਂ ਬਾਅਦ ਜਾਣਕਾਰੀ ਆਈ ਹੈ ਕਿ ਜਾਣਕਾਰੀ ਪਹਿਲੇ ਸੀ ਤੇ ਮੁੱਖ ਮੰਤਰੀ ਸਾਹਿਬ ਵਿਅਸਤ ਸਨ, ਕਿ ਜਾਂ DGP ਦਾ ਬਿਆਨ ਸਹੀ ਹੈ ਕਿ ਬਦਲੀਆਂ ਰੂਟੀਨ ਹੋਈ ਹੈ? ਲੇਕਿਨ ਭਗਵੰਤ ਮਾਨ ਸਾਹਿਬ ਇਹ ਤਾਂ ਦੱਸਣਾ ਪਏਗਾ ਕਿ 24 ਘੰਟਿਆਂ ਦਾ ਕੰਮ 28 ਮਹੀਨਿਆਂ ਬਾਅਦ ਕਿਉਂ? ਮੈਨੂੰ ਯਾਦ ਹੈ ਇੱਕ ਬੜਾ ਸਲੋਗਨ ਸੀ, ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਚਾਹੇ ਉਹ ਰੋਡਵੇਜ਼ ਦੇ ਨੇ, ਚਾਹੇ ਕਾਰਪੋਰੇਸ਼ਨ ਦੇ ਨੇ, ਚਾਹੇ ਕਿਸੇ ਡਿਪਾਰਟਮੈਂਟ, ਪੰਜਾਬ ਦਾ ਬੰਦਾ ਜਿਹੜਾ ਕੱਚਾ ਉਹਨੂੰ ਪੱਕਾ ਕੀਤਾ ਜਾਏਗਾ। ਇਹ ਪਰਸੋਂ ਮੀਟਿੰਗ ਕੀਤੀ, ਉਹਦੇ ਵਾਸਤੇ ਵੀ ਸਮਾਂ ਨਹੀਂ ਮਿਲਿਆ। 28.5 ਮਹੀਨੇ ਬਾਅਦ 24 ਘੰਟੇ ਦਾ ਵਾਅਦਾ ਸੀ। ਹਾਲਾਤ ਇਹ ਨੇ ਕਿ ਵਾਅਦਾ ਖਿਲਾਫੀ ਦੇ ਕਾਰਨ ਇਹੋ ਜਿਹੀ ਪੋਲੀਟਿਕਸ ਕਰਕੇ, ਪੋਲੀਟਿਕਸ ਦਾ ਅਕਸ ਜਨਤਾ 'ਚ ਝੂਠ ਔਰ ਨਕਲੀ ਦਿਖਾਤਾ। ਉਹ ਵੀ ਵੋਟ ਮੰਗ ਰਹੇ ਨੇ ਜਿਹੜੇ ਕਹਿੰਦੇ ਟਕਾ ਟਕ 5 ਜੂਨ ਨੂੰ ਪੈਸੇ ਆ ਜਾਣਗੇ, ਔਰ ਵੋਟ ਉਹ ਵੀ ਮੰਗ ਰਹੇ ਨੇ ਜਿਹੜੇ ਕਹਿੰਦੇ ਸੀ ਕਿ 24 ਘੰਟਿਆਂ ਦੇ ਅੰਦਰ 1,100 ਰੁਪਈਆ ਹਰ ਭੈਣ ਨੂੰ ਮਿਲੇਗਾ। ਮੈਂ ਤੇ ਕੱਲ ਬਹੁਤ ਘੁੰਮਿਆ, ਹਰ ਪਬਲਿਕ ਮੀਟਿੰਗ 'ਚ ਭੈਣਾਂ ਨੂੰ ਪੁੱਛਿਆ ਵੀ 1,000 ਰੁਪਇਆ ਆਇਆ, ਇੱਕ ਨੇ ਵੀ ਹੱਥ ਨਹੀਂ ਖੜਾ ਕੀਤਾ। ਮੈਂ ਕਿਹਾ ਸ਼ਾਇਦ ਇਸ ਹਲਕੇ 'ਚ ਨਹੀਂ ਆਇਆ ਹੋਏਗਾ, ਮੈਂ ਸਵੇਰੇ ਖਾਣਾ ਖਾਣ
ਰਠੌਰ ਸਾਹਿਬ ਦੇ ਘਰ ਗਿਆ, ਉੱਥੇ ਵੀ ਲੋਕ ਮਿਲੇ। ਮੈਂ ਕਿਹਾ ਜੀ ਕਿਸੇ ਦੇ ਘਰ 1,000 ਰੁਪਇਆ ਆਇਆ? ਨਹੀਂ ਆਇਆ। ਪੰਜਾਬ ਦੇ ਅੰਦਰ ਸਭ ਨਾਲੋਂ ਵੱਡੀ ਝੂਠੀ ਸਰਕਾਰ, ਨਾ ਸਮਝ ਸਰਕਾਰ, ਨਸਖੀਆ ਸਰਕਾਰ, ਨਲਾਇਕ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਹੈ। ਤਜਰਬਾ ਹੀ ਨਹੀਂ ਸਰਕਾਰ ਚਲਾਣੀ ਕਿਸ ਤਰ੍ਹਾਂ। ਲਾਅ ਐਂਡ ਆਰਡਰ ਅੱਜ ਸ਼ੂਨੇ ਤੇ ਪਹੁੰਚ ਚੁੱਕਾ। ਗੈਂਗਸਟਰ ਦੰਦਨ ਆ ਰਹੇ ਨੇ, ਪੋਲੀਟੀਕਲ ਹਿੱਤਾਂ ਵਾਸਤੇ ਗੈਂਗਸਟਰ ਦਾ ਪ੍ਰਯੋਗ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਆਮ ਨਾਗਰਿਕਾਂ ਨੂੰ ਸ਼ਹਿਰ ਦੇ ਡਾਕਟਰ, ਸ਼ਹਿਰ ਦੇ ਸਿਰ ਕੱਢ ਲੋਕਾਂ ਨੂੰ ਫੋਨ ਆ ਰਹੇ ਫਿਰੌਤੀ ਦੇ। ਰੰਗਦਾਰੀ ਇਕੱਠੀ ਹੋ ਰਹੀ, ਅਪਹਰਨ, ਇੱਕ ਨਵੀਂ ਇੰਡਸਟਰੀ ਪੰਜਾਬ ਨੂੰ ਮਿਲੀ ਹੈ। ਇਹ ਤੋਹਫਾ ਹੈ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਸਰਕਾਰ ਦਾ, ਰੰਗਦਾਰੀ ਔਰ ਅਪਹਰਨ। ਲੋਕਾਂ ਦਾ ਵਿਸ਼ਵਾਸ ਉੱਠ ਗਿਆ ਲਾਅ ਐਂਡ ਆਰਡਰ, ਸੋਤੇ ਹੋ ਰਹੇ ਨੇ। ਵਿਦੇਸ਼ ਤੋਂ ਬੈਠੇ ਲੋਕ ਫੋਨ ਕਰ ਰਹੇ ਨੇ, ਫਿਰੌਤੀ ਮੰਗੀ ਜਾ ਰਹੀ। ਔਰ ਗੈਂਗਸਟਰ ਚੰਨੀ ਸਾਹਿਬ ਦਾ ਰਾਜ ਸੀ ਤੇ ਗੈਂਗਸਟਰ ਆਪਣੇ ਦਫ਼ਤਰ ਚਲਾ ਰਹੇ ਸੀ ਜੇਲ੍ਹ ਤੋਂ। ਅੱਜ ਭਗਵੰਤ ਮਾਨ ਸਾਹਿਬ ਦਾ ਰਾਜ ਹੈ, ਗੈਂਗਸਟਰ ਇੰਟਰਵਿਊ ਦੇ ਰਹੇ ਨੇ ਜੇਲ੍ਹ ਤੋਂ। ਇਸ ਸਥਿਤੀ ਚ ਪੰਜਾਬ ਪਹੁੰਚ ਚੁੱਕਿਆ। ਜਿਹਦੇ ਕੋਲ ਰੰਗਦਾਰੀ ਦਾ ਫੋਨ ਆਉਂਦਾ, ਪੈਸਾ ਨਹੀਂ ਦਿੰਦਾ, ਉਹਦੇ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ। ਸਵੇਰੇ ਤੁਹਾਡੇ ਦੁਆਰਾ ਲਿਖੇ ਸਮਾਚਾਰ ਪੱਤਰ, ਦੋ ਦੋ ਪੇਜ, ਡੇਢ ਡੇਢ ਪੇਜ, ਲਾਅ ਐਂਡ ਆਰਡਰ, ਹੱਤਿਆਵਾਂ, ਡਕੈਤੀ ਔਰ ਅਪਹਰਨ ਦੀਆਂ ਜਿਹੜੀਆਂ ਵਾਰਦਾਤ ਨੋਟਸ ਹੈ ਉਹ ਦੱਸਦੇ ਪਏ ਨੇ। ਤੇ ਜਿਹੜੇ ਲੋਕ ਬਿਨਾਂ ਪੁਲਿਸ ਨੂੰ ਇਨਫੋਰਮ ਕੀਤਿਆਂ ਮੁਕਾ ਰਹੇ ਨੇ, ਰੰਗਦਾਰੀ ਦੇ ਰਹੇ ਨੇ, ਐਸੀਆਂ ਘਟਨਾਵਾਂ ਪੰਜਾਬ ਦੇ ਵਾਸਤੇ ਇੱਕ ਕਾਲੇ ਦੌਰ ਦੀ ਸ਼ੁਰੂਆਤ ਹੈ। ਟਾਰਗੇਟ ਕਿਲਿੰਗਸ ਹੁਣ ਇੱਕ ਸਟੈਪ ਅੱਗੇ ਹੋ ਗਿਆ। ਟਾਰਗੇਟ ਐਂਡ ਅਨਾਊਂਸਡ ਕਿਲਿੰਗ ਵੀ ਤੈਨੂੰ ਮਾਰ ਦਿਆਂਗੇ ਔਰ ਮਾਰ ਦਿੱਤਾ ਜਾਂਦਾ। ਸਰਕਾਰ ਜਿਨ੍ਹਾਂ ਦੇ ਹੱਥ ਉਹਨਾਂ ਨੂੰ ਕੋਈ ਤਜਰਬਾ ਨਹੀਂ, ਨਾ ਵਿਕਾਸ ਦਾ ਨਾ ਵਿਸ਼ਵਾਸ ਦਾ, ਦੋਨੋਂ ਡੈਫਿਸਿਟ ਹੈ, ਵਿਕਾਸ ਦਾ ਡੈਫਿਸਿਟ ਵੀ ਹੈ। ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਸ਼ਹਿਰ ਜੀ ਨੇ ਕਿ ਭਗਵੰਤ ਮਾਨ ਸਾਹਿਬ, ਪੰਜਾਬ 'ਚ ਕੋਈ ਇੱਕ ਇੱਟ ਦਿਖਾਓ ਕਿ ਤੁਸੀਂ ਜਿਹੜੀ ਲਾਈ ਹੋਵੇ ਪਿਛਲੇ 28 ਮਹੀਨਿਆਂ 'ਚ ਵਿਕਾਸ ਦੀ, ਇੱਕ ਇੱਟ, ਇੱਕ ਇੱਟ। ਕਹਿੰਦੇ ਇੰਨੇ ਸਕੂਲ ਬਣਾ ਤੇ, ਨੀਂਹ ਨਹੀਂ ਰੱਖੀ ਤਾਂ ਸਕੂਲ ਬਣ ਕਿਸ ਤਰ੍ਹਾਂ ਗਏ? ਇੰਨੇ ਹਸਪਤਾਲ, ਡਿਸਪੈਂਸਰੀਆਂ ਬਣਾ ਤੀਆਂ, ਨੀਂਹ ਨਹੀਂ ਰੱਖੀ ਆਪਾਂ 28 ਮਹੀਨੇ 'ਚ? ਕੋਈ ਨੀਂਹ ਰੱਖੀ ਹੋਵੇ ਕਿ ਸਕੂਲ ਬਣ ਰਿਹਾ, ਇਹ ਮੈਂ ਆਪਣੇ 5 ਸਾਲਾਂ 'ਚ 50 ਸਕੂਲ ਬਣਾ ਕੇ ਜਾ ਰਿਹਾ। ਇੱਕ ਨੀਂਹ ਨਹੀਂ ਰੱਖੀ, ਇੱਕ ਡਿਸਪੈਂਸਰੀ ਨਹੀਂ ਖੋਲ੍ਹੀ। ਲੀਪਾ ਪੋਤੀ ਦੀ ਸਰਕਾਰ ਹੈ, ਫੋਟੋ ਬਾਜੀ ਦੀ ਸਰਕਾਰ ਹੈ, ਜੁਮਲੇ ਬਾਜੀ ਦੀ ਸਰਕਾਰ। ਜੇ ਪੈਸਾ ਸੈਂਟਰ RTF 'ਚ ਭੇਜਦਾ ਸੀ ਮਿਸਯੂਜ਼ ਕਰਨੇ ਆ, UDF ਭੇਜਦਾ ਸੀ ਮਿਸਯੂਜ਼ ਕਰਨੇ ਆ, ਜੇ ਹੋਸਪਿਟਲ ਡਿਸਪੈਂਸਰੀ ਅਸੀਂ ਪੈਸਾ ਆਉਂਦਾ ਹੈ, ਮੈਂ ਵਿਸ਼ਵਾਸ ਨਾਲ ਕਹਿ ਰਿਹਾ, ਤੱਥ ਨਾਲ ਕਹਿ ਰਿਹਾ, ਔਰ ਤੁਸੀਂ ਕਹੋਗੇ ਤੇ ਅਗਲੀ ਵਾਰੀ ਤੁਹਾਨੂੰ ਵਿਦ ਫੈਕਟਸ ਉਹ ਸਾਰਾ ਸਮਾਨ ਲੈ ਕੇ ਤੁਹਾਡੇ ਸਾਹਮਣੇ ਵੀ ਆ ਜਾਵਾਂਗਾ। ਔਰ ਅਗਰ ਤੁਸੀਂ ਕਹੋਗੇ ਤਾਂ ਤੁਹਾਨੂੰ ਵਟਸਐਪ 'ਤੇ ਭੇਜਣਾ,
ਸੈਂਟਰ ਗੌਰਮੈਂਟ ਨੇ ਪੈਸਾ ਭੇਜਿਆ ਪੰਜਾਬ ਦੀਆਂ ਡਿਸਪੈਂਸਰੀਆਂ ਦੇ ਅੰਦਰ ਐਕਸਰੇ ਮਸ਼ੀਨਾਂ ਖਰੀਦਣ ਵਾਸਤੇ, ਲੈਬੋਰਟਰੀ ਦਾ ਸਮਾਨ ਖਰੀਦਣ ਵਾਸਤੇ, ਬਦਲਣ ਵਾਸਤੇ, ਟੀਵੀ ਦੀਆਂ ਵਾਰਡਸ ਬਣਾਉਣ ਵਾਸਤੇ, ਜਾਂਚ ਏਜੰਸੀ ਆਈ, ਰੂਟੀਨ ਆ ਪੂਰੇ ਦੇਸ਼ ਚ ਜਾਂਦੀ, ਪੈਸਾ ਆਉਂਦਾ, ਜਾਂਚ ਏਜੰਸੀ ਆਉਂਦੀ, ਪੈਸਾ ਐਕਸਰੇ ਮਸ਼ੀਨ ਔਰ ਲੈਬੋਰਟਰੀ ਦਾ ਸਮਾਨ ਖਰੀਦਣ ਵਾਲਾ ਪੈਸਾ ਲਗਾਉਣ ਤੇ ਖਰਚ ਕਰ ਦਿੱਤਾ। ਸਰ ਮੈਂ ਤੁਹਾਨੂੰ ਵਟਸਐਪ ਕਰਨਾ ਪੂਰੀ ਰਿਪੋਰਟ, ਇਟ ਇਜ਼ ਅ ਫੁੱਲ ਰਿਪੋਰਟ। ਸ਼ਾਇਦ ਇੱਕ ਵੱਡੀ ਅਮਾਊਂਟ ਹੈ, 100 ਕਰੋੜ ਤੋਂ 400-300 ਕਰੋੜ ਉਹ ਪੈਸਾ ਮਿਸਯੂਜ ਹੋ ਗਿਆ। ਬਕਾਇਦਾ ਸੈਂਟਰ ਗੌਰਮੈਂਟ ਦੀ ਉਹ ਜਾਂਚ ਏਜੰਸੀ ਨੇ ਵਿਦ ਫੈਕਟਸ, ਇੱਕ ਇੱਕ ਫੈਕਟ ਦਿੰਦੇ ਹੋਇਆ ਕਿ ਆਹ ਪੈਸਾ ਇਸ ਕੰਮ ਵਾਸਤੇ ਆਇਆ ਸੀ, ਇਹ ਪੈਸਾ ਇਸ ਕੰਮ ਵਾਸਤੇ ਆਇਆ ਸੀ, ਇਹ ਪੈਸਾ ਇਸ ਕੰਮ ਵਾਸਤੇ ਆਇਆ ਸੀ। ਟੀਵੀ ਵਾਰਡਸ ਤੇ ਬਣ ਗਈਆਂ ਲੇਕਿਨ ਯੂਜ ਜਰਨਲ ਅਸੇ ਹੋ ਰਹੀਆਂ ਔਰ ਟੀਵੀ ਦੇ ਮਰੀਜ਼ ਵਿੱਚ ਪਏ। ਉਹਨਾਂ ਨੇ ਆਪਣੀ ਰਿਪੋਰਟ 'ਚ ਲਿਖਿਆ, ਇੰਡੀਪੈਂਡੈਂਟ ਡਾਕਟਰਸ ਦੀ ਟੀਮ ਨੇ ਰਿਪੋਰਟ ਦਿੱਤੀ, ਪੈਸਾ UDF ਵਾਸਤੇ ਆ ਰਿਹਾ, RDFS ਆ ਰਿਹਾ, ਅਸੀਂ ਦੂਜੇ ਮੰਚ ਖਰਚ ਕਰ ਰਹੇ। ਪੰਜਾਬ ਬਿਗ ਕ੍ਰਾਈਸਿਸ 'ਚ ਹੈ, ਸਰਕਾਰ ਕੋਈ ਯੋਜਨਾ ਨਹੀਂ। 28 ਮਹੀਨਿਆਂ 'ਚ ਬਦਲਾਵ ਦੇ ਨਾਮ 'ਤੇ ਆਈ ਸਰਕਾਰ ਬਦਲਾਖੋਰੀ 'ਚ ਫਸ ਗਈ ਹੈ। ਬਦਲਾਵ ਦੇ ਨਾਮ 'ਤੇ ਆਈ ਸਰਕਾਰ ਤੇਵਰ ਬਦਲ ਗਏ। ਮੈਨੂੰ ਯਾਦ ਹੈ ਜਲੰਧਰ 'ਚ ਭਗਵੰਤ ਮਾਨ ਸਾਹਿਬ ਨੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀ, ਜਲਸਾ ਕੀਤਾ ਸੀ, ਅਸੀਂ ਸਵੇਰੇ ਅਖਬਾਰਾਂ 'ਚ ਪੜ੍ਹਿਆ। ਉਹਨਾਂ ਨੇ ਕੋਠੀਆਂ ਦੇ ਨੰਬਰ ਦੱਸੇ ਕਿ ਫਲਾਨੀ ਕੋਠੀ 'ਚ, ਚੰਨੀ ਸਾਹਿਬ ਦੀ ਮਿਨਿਸਟਰੀ ਦੇ ਫਲਾਨੀ ਕੋਠੀ 'ਚ ਖਨਨ ਦਾ ਪੈਸਾ ਜਾਂਦਾ। ਉਹਨਾਂ ਦੇ ਚੁਟਕਲੇ ਮਸ਼ਹੂਰ ਸੀ ਕਿ ਇਹ ਜਿਹੜਾ ਪੈਸਾ ਟ੍ਰਾਂਸਪੋਰਟ ਮਾਫੀਆ ਦਾ ਫਲਾਨੀ ਕੋਠੀ 'ਚ ਜਾਂਦਾ, ਨਕਲੀ ਸ਼ਰਾਬ ਮਾਫੀਆ ਫਲਾਨਾ ਕਾਂਗਰਸ ਦਾ ਲੀਡਰ ਚਲਾਉਂਦਾ। ਭਗਵੰਤ ਮਾਨ ਸਾਹਿਬ ਤੁਸੀਂ ਸਰਕਾਰ 'ਚ ਆਏ, 28 ਮਹੀਨਿਆਂ 'ਚ ਕਾਰਵਾਈ ਕੋਈ ਨਹੀਂ ਹੋਈ, ਥੋੜੇ ਕੋਠੀਆਂ ਨੰਬਰ ਦੱਸਦੇ ਸੀ, ਉਹਨਾਂ 'ਚ ਨਵੇਂ ਥਾਮੂ ਆ ਕੇ ਬਹਿ ਗਏ। ਹੁਣ ਤੇ ਦੱਸ ਦਿਓ ਕਿਹੜੀ ਕੋਠੀ 'ਚ ਕਿਹੜਾ ਪੈਸਾ ਜਾਂਦਾ। ਖਨਨ ਤੇ ਉਸ ਤਰ੍ਹਾਂ ਹੀ ਹੋ ਰਹੀ ਹੈ, ਪੰਜਾਬ ਦੇ ਖਜ਼ਾਨੇ 'ਚ ਖਨਨ ਦਾ ਪੈਸਾ ਤਾਂ ਵਧੀਆ ਨੇ, ਨਕਲੀ ਸ਼ਰਾਬ ਪੀ ਕੇ ਲੋਕ ਅੱਜ ਵੀ ਮਰ ਰਹੇ ਆ, ਕੌਣ ਚਲਾ ਰਿਹਾ ਉਹ ਮਾਫੀਆ? ਹੁਣ ਤੇ ਤੁਸੀਂ ਚੰਨੀ ਸਾਹਿਬ ਦੀ ਮਿਨਿਸਟਰੀ ਤੇ ਆਰੋਪ ਨਹੀਂ ਲਗਾ ਸਕਦੇ, ਹੁਣ ਤੇ ਸਰਕਾਰ ਤੁਸੀਂ ਚਲਾ ਰਹੇ ਹੋ। ਭਗਵੰਤ ਮਾਨ ਸਾਹਿਬ ਜਲੰਧਰ ਦੇ ਚੋਣ ਦੇ ਅੰਦਰ ਪੰਜਾਬ ਜਵਾਬ ਮੰਗਦਾ ਹੈ, ਪੰਜਾਬ 28 ਮਹੀਨਿਆਂ ਦਾ ਹਿਸਾਬ ਮੰਗਦਾ ਹੈ, ਪੰਜਾਬ ਤੁਹਾਡੇ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਾ ਹੈ। ਇਹ ਚੁਣਾਵ ਤੇ ਜਲੰਧਰ ਦਾ ਜਿਮਨੀ ਚੋਣ ਹੈ, ਲੇਕਿਨ ਪੰਜਾਬ ਦੀ ਜਨਤਾ ਕਹਾਰ ਰਹੀ ਹੈ, ਰੋ ਰਹੀ ਕਿ ਕਿਹੜਾ ਬੁਰਾ ਵਕਤ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਬਦਲਾਵ ਦੇ ਚਾਂਸੇ 'ਚ ਆ ਕੇ ਨੁਸਖੀਏ ਨਲਾਇਕ ਲੋਕਾਂ ਦੇ ਅੱਜ ਸਰਕਾਰ ਦੇ ਦਿੱਤੇ। ਕਹਿੰਦੇ ਸੀ ਭ੍ਰਿਸ਼ਟਾਚਾਰ ਨਹੀਂ ਸਾਂਗੇ, ਅੱਜ ਜਲੰਧਰ ਦੇ ਅੰਦਰ ਗੋਸਿਪ ਨੇ, ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਦੇ ਗੋਸਿਪ ਚੱਲ ਰਹੇ, ਇੱਕ ਦੂਜੇ ਤੇ ਪਰਦਾ ਫਾਸ਼ ਕਰਨ ਦੀਆਂ ਗੱਲਾਂ ਚੱਲ ਰਹੀਆਂ। ਜਿਸ ਪਾਰਟੀ ਦਾ ਖੁਦ ਪ੍ਰੈਜੀਡੈਂਟ ਸ਼ਰਾਬ ਘੋਟਾਲੇ 'ਚ ਇੱਕ ਕਿੰਗ ਪਿੰਨ ਦੇ ਰੂਪ 'ਚ, ਸਰਗਨਾ ਦੇ ਰੂਪ 'ਚ ਜੇਲ 'ਚ ਹੈ, ਪਾਰਟੀ ਦਾ ਨੰਬਰ 2 ਲੀਡਰ ਜੇਲ 'ਚ ਹੈ, ਲੀਡਰ ਜੇਲ 'ਚ ਹੈ,
ਔਰ ਜੇਲ੍ਹ ਨਿਆਇਲੇ ਨੇ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੂੰ ਕਿਸੇ ਏਜੰਸੀ ਨੇ ਨਹੀਂ ਪਕੜਿਆ, ਅਰਵਿੰਦ ਕੇਜਰੀਵਾਲ ਖੁਦ ਅਦਾਲਤ ਚ ਗਏ, 9 ਵਾਰੀ ਏਜੰਸੀ ਨੇ ਕਿਹਾ ਆ ਕੇ ਜਵਾਬ ਦਿਓ, ਇਹ ਬੰਦਾ ਕਹਿ ਰਿਹਾ ਮੈਂ ਰਿਸ਼ਵਤ ਦਿੱਤੀ ਹੈ ਤੁਹਾਨੂੰ, ਇਹ ਬੰਦਾ ਕਹਿ ਰਿਹਾ ਰਿਸ਼ਵਤ ਦਾ ਪੈਸਾ ਮੇਰੇ ਰਾਹੀਂ ਪਹੁੰਚਿਆ, ਇਹ ਚੈਟਸ ਮੌਜੂਦ ਨੇ, ਤੁਹਾਡਾ ਕੀ ਜਵਾਬ ਹੈ? ਕਹਿੰਦੇ ਮੋਬਾਈਲ ਗੁਆਚ ਗਿਆ ਹੈ। ਮੈਨੂੰ ਯਾਦ ਨਹੀਂ ਮੈਂ ਮੋਬਾਈਲ ਕਿੱਥੇ ਰੱਖ ਬੈਠਾ। ਜਦੋਂ ਫੈਕਟ ਸਾਹਮਣੇ ਰੱਖੇ ਗਏ, ਅਦਾਲਤ ਨੇ ਕੋਰਟ ਦੇ ਵਿੱਚ ਨਿਆਇਧੀਸ਼ ਨੇ ਕਿਹਾ ਪ੍ਰਾਈਮ ਅਫੇਸੀ ਐਜ ਏ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਕਿੰਗ ਪਿੰਨ ਹੈ ਔਰ ਐਜ ਏ ਪਾਰਟੀ ਪ੍ਰੈਜੀਡੈਂਟ ਅਰਵਿੰਦ ਕੇਜਰੀਵਾਲ ਕਿੰਗ ਪਿੰਨ ਹੈ। ਜਿਹੜੇ ਲੋਕ ਬਦਲਾਵ ਦੀ ਗੱਲ ਕਰਕੇ ਆਏ ਸੀ ਉਹਦੇ ਦਲ ਦਲ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਪੰਜਾਬ ਦੇ ਵਿੱਚ ਆਮ ਸੁਣਾਈ ਦੇ ਰਹੀਆਂ। ਆਪਣਾ ਪਰਫੋਰਮੈਂਸ ਜ਼ੀਰੋ, ਪਕੜ ਜ਼ੀਰੋ, ਡਿਵੈਲਪਮੈਂਟ ਜ਼ੀਰੋ। ਪੰਜਾਬ ਦੇ ਚਾਰਾਂ ਵੱਡੇ ਸੈਕਟਰਾਂ ਦੇ ਤੁਹਾਡੇ ਮੈਨੀਫੈਸਟੋ ਦੇ ਅੰਦਰ ਕਿਹਾ ਸੀ ਕਿ ਅਸੀਂ ਫਾਰਮਿੰਗ ਸੈਕਟਰ ਨੂੰ ਸਟੇਟ ਦੇ ਆਧਾਰ ਤੇ ਵੀ ਅਸੀਂ ਖੜਾ ਕਰਾਂਗੇ। ਇੱਕ ਵੀ ਉਪਰਾਲਾ ਸਟੇਟ ਗੌਰਮੈਂਟ ਨੇ ਨਹੀਂ ਕੀਤਾ। ਅਸੀਂ ਇੰਡਸਟਰੀਅਲ ਰੈਵੋਲੂਸ਼ਨ ਲੈ ਕੇ ਆਵਾਂਗੇ। ਪੰਜਾਬ ਦੀ ਇੰਡਸਟਰੀ ਵਿਦ ਫੈਕਟਸ ਕਹਿ ਰਿਹਾ ਪਿਛਲੇ ਲਗਭਗ 3 ਸਾਲਾਂ ਤੋਂ ਲਗਾਤਾਰ ਪਿੱਛੇ ਜਾ ਰਹੀ। ਪੰਜਾਬ ਦਾ ਕਾਮਰਸ ਸੈਕਟਰ ਪਿੱਛੇ ਜਾ ਰਿਹਾ। ਪੰਜਾਬ 'ਚ ਲੋਕ ਇੰਡਸਟਰੀ 'ਚੋਂ ਪੈਸਾ ਕੱਢ ਰਹੇ ਨੇ। ਪੰਜਾਬ ਦੀ ਇੰਡਸਟਰੀ ਪਲਾਨ ਕਰ ਰਹੀ। ਨਵੇਂ ਡਾਟੇ ਆਏ, ਇਸ ਤੋਂ ਭਿਅੰਕਰ ਡਾਟੇ ਨੇ। ਪੰਜਾਬ ਦਾ ਸਰਵਿਸ ਸੈਕਟਰ ਲਗਭਗ ਸਮਾਪਤ ਹੋ ਚੁੱਕਾ। ਸਰਕਾਰ ਕੋਈ ਯੋਜਨਾ ਨਹੀਂ। ਜਲੰਧਰ ਦਾ ਇਲੈਕਸ਼ਨ ਪੰਜਾਬ ਦੇ ਮੁੱਖ ਮੰਤਰੀ ਤੋਂ, ਆਮ ਆਦਮੀ ਪਾਰਟੀ ਤੋਂ ਜਵਾਬ ਮੰਗਦਾ ਕਿ 28 ਮਹੀਨਿਆਂ ਦੇ ਅੰਦਰ ਤੁਸੀਂ ਕੁਛ ਨਹੀਂ ਕੀਤਾ ਔਰ 28 ਮਹੀਨਿਆਂ ਦਾ ਇੱਕੋ ਹੀ ਨਿਸ਼ਕਰਸ਼ ਨਿਕਲਦਾ ਕਿ ਸਰਕਾਰ ਕੋਲ ਵਿਜ਼ਨ ਨਹੀਂ, ਵਿਜ਼ਨਲੈਸ ਗੌਰਮੈਂਟ ਹੈ। ਔਰ ਪੰਜਾਬ ਦੇ ਅੰਦਰ ਇਸ ਸਰਕਾਰ ਨੇ, ਮੇਰੇ ਦਿਲ ਨੂੰ ਬਹੁਤ ਦੁੱਖ ਹੁੰਦਾ, ਸਾਰੀਆਂ ਘਟਨਾਵਾਂ ਦੇ ਦੁੱਖ ਹੁੰਦਾ, ਲੇਕਿਨ ਸਭ ਨਾਲੋਂ ਜ਼ਿਆਦਾ ਦੁੱਖ ਉਦੋਂ ਹੋਇਆ ਜਦੋਂ ਪਟਿਆਲਾ ਦੇ ਅੰਦਰ ਕੋਈ 70 ਕਿਲੋਮੀਟਰ ਦੂਰ ਤੋਂ ਚੱਲ ਕੇ ਆ ਕੇ, ਅਸੀਂ ਪੰਜਾਬ 'ਚ ਬੜੇ ਬੁਰੇ ਦਿਨ ਦੇਖੇ, ਲੇਕਿਨ ਕਦੀ ਨਹੀਂ ਦੇਖਿਆ ਕਿਸੇ ਨੇ ਗੁਰਦੁਆਰੇ ਅੱਗੇ ਜਾ ਕੇ ਚਾਂਗੜਾ ਮਾਰੀਆਂ ਹੋਣ ਤੇ ਕਿਸੇ ਨੇ ਮੰਦਰ ਅੱਗੇ ਜਾ ਕੇ ਚਾਂਗੜਾ ਮਾਰੀਆਂ। ਲੇਕਿਨ ਪਟਿਆਲਾ 'ਚ ਉਹ ਗਿਲ ਅਸੀਂ ਦੇਖਿਆ ਕਿ ਕੋਈ 50 ਕਿਲੋਮੀਟਰ ਦੂਰੋਂ ਚੱਲ ਕੇ ਆ ਕੇ ਮੰਦਰ ਅੱਗੇ ਚਾਂਗੜਾ ਮਾਰ ਰਿਹਾ, ਕੋਈ ਸ਼ਹਿਰ ਦਾ ਰਹਿਣ ਵਾਲਾ ਯਾਤਰਾ ਕੱਢ ਰਿਹਾ, ਗੁਰਦੁਆਰੇ ਬਾਹਰ ਜਾ ਕੇ ਨਾਰੇ ਲਾਉਣ ਡਿਆ। ਕੌਣ ਹੈ ਸੰਪਰਦਾਇਕ ਵਾਤਾਵਰਨ ਪੈਦਾ ਕਰਨ ਦੇ ਪਿੱਛੇ? ਕਿਹਦੀ ਨਲਾਇਕੀ ਹੈ? ਕੌਣ ਜ਼ਿੰਮੇਵਾਰ ਹੈ? ਕਿੰਨੇ ਪੁਲਿਸ ਦੇ ਹੱਥ ਬੰਨਦੇ? ਸਾਡੀ ਬਹਾਦੁਰ ਪੁਲਿਸ ਹੈ ਪੰਜਾਬ ਦੀ, ਕਿੰਨੇ ਉਹਦੇ ਹੱਥ ਬੰਨਦੇ? ਕੌਣ ਅੱਜ ਪੰਜਾਬ ਦੇ ਥਾਣੇ ਚਲਾ ਰਿਹਾ? ਮੈਂ ਤੁਹਾਡੇ ਰਾਹੀਂ ਆਰੋਪ ਲਗਾ ਰਿਹਾ ਕਿ ਪੰਜਾਬ ਦੇ ਸਾਰੇ ਹੀ ਡਿਵੀਜ਼ਨਲ ਹੈੱਡਸ ਦੇ ਉੱਤੇ, DSP SHO ਦੇ ਉੱਤੇ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਔਰ ਆਮ ਆਦਮੀ ਪਾਰਟੀ ਦੀਆਂ ਏਜੰਸੀਆਂ ਉੱਥੇ ਬੈਠ ਕੇ ਕੰਮ ਕਰਾ ਰਹੀ ਹੈ। ਬਹਾਦੁਰ ਪੁਲਿਸ ਦੇ ਹੱਥ ਬੰਨਤੇ ਨੇ, ਮਿਨਿਸਟਰਾਂ ਨੂੰ ਖੁੱਲ੍ਹੇਆਮ ਛੱਡਤਾ। ਇਸ ਚੀਜ਼ ਇਹ ਚੁਣਾਵ ਆਮ ਆਦਮੀ ਪਾਰਟੀ ਨੂੰ ਜਵਾਬ ਹੋਏਗਾ ਪੰਜਾਬ ਦੀ ਜਨਤਾ ਦਾ ਔਰ ਜਵਾਬ ਦੇਗੀ ਜਲੰਧਰ ਵੈਸਟ ਵਿਧਾਨ ਸਭਾ, ਇਹ ਜਵਾਬ ਹੋਏਗਾ ਵਡਿੰਗ ਸਾਹਿਬ ਨੂੰ। ਅੱਜ ਇੱਥੇ ਦੇ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ, 100 ਕਿਲੋਮੀਟਰ ਚੱਲ ਜਾਏਗੀ ਤੇ ਚੰਡੀਗੜ੍ਹ 'ਚ ਮਿਲ ਕੇ ਇਲੈਕਸ਼ਨ ਲੜ ਰਹੇ, ਦਿੱਲੀ ਮਿਲ ਕੇ ਇਲੈਕਸ਼ਨ ਲੜ ਰਹੇ। ਉੱਥੇ ਕਹਿ ਰਹੇ ਨੇ ਕਾਂਗਰਸ ਔਰ ਆਮ ਆਦਮੀ ਪਾਰਟੀ ਕਾ ਭਾਈਚਾਰਾ, ਉੱਥੇ ਭਾਈਚਾਰਾ
ਕਾਂਗਰਸ ਔਰ ਆਮ ਆਦਮੀ ਪਾਰਟੀ ਦਿੱਲੀ ਮੇ ਭਾਈਚਾਰਾ, ਪੰਜਾਬ ਚ ਆਮ ਆਦਮੀ ਪਾਰਟੀ ਭਾਈ ਤੇ ਕਾਂਗਰਸ ਔਰ ਚਾਰਾ। ਇੱਥੇ ਕਹਿੰਦੇ ਕਾਂਗਰਸ ਹੀ ਚੋਰ ਹੈ, ਲੁਟੇਰਾ ਹੈ, ਭ੍ਰਿਸ਼ਟਾਚਾਰੀ ਹੈ, ਤੇ ਦਿੱਲੀ ਜਾਂਦੇ ਆ ਭਾਈ ਭਾਈ। ਇਹ ਨੂਰਾ ਕੁਸ਼ਤੀ ਖੇਲ ਰਹੀ ਹੈ ਔਰ ਪੰਜਾਬ ਦੀ ਜਨਤਾ ਜਾਣਦੀ ਹੈ, ਸਮਝ ਰਹੀ ਹੈ ਕਿ ਇਹ ਨੂਰਾ ਕੁਸ਼ਤੀ ਹੈ ਔਰ ਪੰਜਾਬ ਨੂੰ ਇਸ ਡੈਫਿਸਿਟ ਤੋਂ ਅਗਰ ਕੋਈ ਕੱਢ ਸਕਦਾ, ਪੰਜਾਬ ਨੂੰ ਅਗਰ ਜਿਹੜੇ ਪੰਜਾਬ ਦੇ ਚਾਰੇ ਪਿੱਲਰ ਨੇ ਇੰਡਸਟਰੀ, ਕਾਮਰਸ, ਫਾਰਮਿੰਗ ਐਂਡ ਸਰਵਿਸ, ਇਹਨਾਂ ਚਾਰਾਂ ਸੈਕਟਰਸ ਦੀ ਚੇਨ ਬਣਾਉਣੀ ਪਏਗੀ, ਇੱਕ ਲੌਂਗ ਪਲੈਨਿੰਗ ਬਣਾਉਣੀ ਪਏਗੀ। ਪੰਜਾਬ ਦੀ ਫਾਰਮਿੰਗ ਨੂੰ ਇੰਡਸਟਰੀ ਨਾਲ ਜੋੜਨਾ ਪਏਗਾ, ਇੰਡਸਟਰੀ ਨੂੰ ਕਾਮਰਸ ਨਾਲ ਜੋੜਨਾ ਪਏਗਾ ਔਰ ਕਾਮਰਸ ਨੂੰ ਸਰਵਿਸ ਸੈਕਟਰ ਨਾਲ ਜੋੜਨਾ ਪਏਗਾ ਔਰ ਇੱਕ ਚੇਨ ਬਣੇ ਤਾਂ ਕਿ ਪੰਜਾਬ ਵਾਪਸ ਸੁਨਹਿਰਾ ਪੰਜਾਬ ਬਣ ਸਕੇ ਔਰ ਨਿਸ਼ਚਿਤ ਰੂਪ 'ਚ ਇਸ ਡੈਫਿਸਿਟ 'ਚ ਅਗਰ ਕੋਈ ਕੱਢ ਸਕਦਾ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੱਢ ਸਕਦੇ। ਪੰਜਾਬ ਉਹਦੀ ਇੰਤਜ਼ਾਰ ਕਰ ਰਿਹਾ ਔਰ ਨਿਸ਼ਚਿਤ ਰੂਪ 'ਚ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਭ ਕਾ ਸਾਥ ਸਭ ਕਾ ਵਿਕਾਸ, ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਰਾਜ, ਉਹਦੇ ਵਰਗਾ ਰਾਜ ਸਥਾਪਿਤ ਕਰਨ ਵਾਸਤੇ, ਉਹਨਾਂ ਦੇ ਆਦਰਸ਼ਾਂ ਦੇ ਰਾਜ ਸਥਾਪਿਤ ਕਰਨ ਵਾਸਤੇ, ਪੰਜਾਬ ਨੂੰ ਸੁਨਹਿਰੇ ਭਵਿੱਖ 'ਚ ਲਿਜਾਣ ਵਾਸਤੇ ਪ੍ਰਯਾਸਰਤ ਹੈ ਔਰ ਇੱਕੋ ਹੀ ਆਸ ਹੈ, ਉਹ ਆਸ ਜਲਦੀ ਪੂਰੀ ਹੋਏਗੀ ਔਰ ਪੰਜਾਬ ਡੈਫਿਸਿਟ ਤੋਂ ਬਾਹਰ ਆਏਗਾ। ਅੱਜ ਉਹਨਾਂ ਨੇ ਕਿਹਾ ਦਿਖਾਓ ਤੇ ਅੱਜ ਦਿਖਾ ਰਹੇ, ਉਹਨਾਂ ਨੇ ਅੱਜ ਹੀ ਕਿਹਾ ਦਿਖਾਓ। ਬਦਲਾਖੋਰੀ ਦੀ ਰਾਜਨੀਤੀ, ਦਬਾਅ ਦੀ ਰਾਜਨੀਤੀ, 90 ਵਿਧਾਇਕ ਛੱਡੇ ਨੇ, ਕਿ ਇੱਥੇ ਦਬਾਅ ਬਣਾਇਆ ਜਾਏ ਔਰ ਉਸ ਦਬਾਅ ਦੇ ਵਿੱਚ ਸਾਮ ਦਾਮ ਦੰਡ ਭੇਦ ਪੁਲਿਸ ਉਹਦਾ ਪ੍ਰਯੋਗ ਕੀਤਾ ਜਾ ਰਿਹਾ। ਕਿਸੇ ਵੀ ਫੋਟੋ 'ਚ ਚਿਹਰਾ ਮੁਸਕੁਰਾਉਂਦਾ ਹੋਇਆ ਨਹੀਂ ਦਿਖ ਰਿਹਾ, ਡਰਾਏ ਹੋਏ ਲੋਕ ਨੇ। ਔਰ ਇਹ ਪੰਜਾਬ ਦੀ ਧਰਤੀ ਹੈ, ਗੁਰੂਆਂ ਦਾ ਵਾਰ ਹੈ, ਇੱਥੇ ਇਹਨੂੰ ਡਰਾਇਆ ਨਹੀਂ ਜਾ ਸਕਦਾ, ਇਹਦਾ ਜਵਾਬ ਦੇਗੀ ਜਨਤਾ। ਝੂਠੇ ਪਰਚੇ ਪਾਣੇ, ਬਦਲਾਖੋਰੀ ਦੇ ਨਾਲ ਲੋਕਾਂ ਨੂੰ ਸ਼ਾਮਿਲ ਕਰਾਉਣਾ, ਇਹਦਾ ਜਵਾਬ ਜਨਤਾ ਦੇਗੀ। ਸਰ, ਕੇਂਦਰ ਦੇ ਵਿੱਚ ਵੀ ਬਹੁਤ ਸਾਰੀ ਦੂਸਰੀ ਪਾਰਟੀ ਹੈਗੀ ਜੋ ਬੀਜੇਪੀ ਸ਼ਾਮਿਲ ਹੋ ਜਾਂਦੀ ਹੈ, ਤੇ ਕੀ ਉੱਥੇ ਬੀਜੇਪੀ ਵੀ ਸੇਮ ਮੋਟਿਵ ਤੇ ਕੰਮ ਕਰਦੀ ਹੈ ਜੋ ਤੁਸੀਂ ਕਿਹਾ ਦੋਸ਼? ਤੁਹਾਡਾ ਬੜਾ ਅੱਛਾ ਕੁਐਸਚਨ ਹੈ। ਭਾਰਤੀ ਜਨਤਾ ਪਾਰਟੀ ਲਗਾਤਾਰ ਦੇਸ਼ 'ਚ ਵੱਡੀ ਹੋ ਰਹੀ ਹੈ, ਸਾਡਾ ਸਟ੍ਰਾਈਕ ਰੇਟ ਵੀ ਵੱਧ ਰਿਹਾ, ਸਾਡੀ ਪਾਰਟੀ ਵੀ ਵੱਧ ਰਹੀ ਹੈ। 10 ਸਾਲ ਪਹਿਲੇ ਤੋਂ, 15 ਸਾਲ ਪਹਿਲੇ ਤੋਂ ਅਸੀਂ ਵੱਡਾ ਪਾਰਟੀ ਦਾ ਖੇਤਰਫਲ ਵਧਿਆ। ਅਸੀਂ ਕੇਰਲ ਦੇ ਅੰਦਰ ਕਦੀ ਕੌਂਸਲਰ ਜਿੱਤੇ ਸੀ, ਅੱਜ MP ਜਿੱਤੇ ਹਾਂ। ਸਾਡੇ ਕੋਲ ਵੈਕਿਊਮ ਸੀ, ਲੋਕ ਆਏ, ਅਸੀਂ ਸਵਾਗਤ ਕੀਤਾ। ਉੜੀਸਾ 'ਚ ਅਸੀਂ 3 ਨੰਬਰ ਦੀ ਪਾਰਟੀ ਸਾਂ, ਨੰਬਰ 2 ਤੇ ਕਾਂਗਰਸ ਹੁੰਦੀ ਸੀ, ਬੀਜੂ ਪਟਨਾਇਕ ਦੀ ਪਾਰਟੀ ਨੰਬਰ 1 ਹੁੰਦੀ ਸੀ। ਅੱਜ ਅਸੀਂ ਸਰਕਾਰ ਬਣਾਈ,
ਆਂਧਰਾ ਚ ਅਸੀਂ 1.5-2.5-3% ਦੀ ਪਾਰਟੀ ਸਾਂ, ਅੱਜ ਅਸੀਂ ਉੱਥੇ ਸਰਕਾਰ ਬਣਾਈ ਹੈ, ਲੋਕ ਜੁੜੇ, ਦੋਨੋਂ ਗੱਲਾਂ ਸਾਡਾ ਵਿਕਾਸ ਵੀ ਹੋਇਆ। ਔਰ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਲਗਾਤਾਰ 18 ਚੁਣਾਵ ਹਾਰ ਗਈ, ਉਹਨਾਂ ਕੋਲ ਨਾ ਨੇਤਾ ਹੈ, ਨਾ ਨੀਤੀ ਹੈ, ਨਾ ਵਿਜ਼ਨ ਹੈ। ਸਾਡੇ ਕੋਲ ਨੀਤੀ ਵੀ ਹੈ, ਨੇਤਾ ਵੀ ਹੈ, ਵਿਜ਼ਨ ਵੀ ਹੈ, ਔਰ ਅਸੀਂ ਪਿਛਲੇ 10-7 ਸਾਲਾਂ 'ਚ ਕਰਕੇ ਵੀ ਦਿਖਾਇਆ। ਜਨਤਾ ਦਾ ਆਸ਼ੀਰਵਾਦ ਲਗਾਤਾਰ ਵੱਧ ਰਿਹਾ, ਇਸ ਕਾਰਨ ਲੋਕਾਂ ਦੀ ਅਟ੍ਰੈਕਸ਼ਨ ਸਾਡੇ ਵੱਲ। ਐਸਾ ਕਿ ਸਿੱਕੇ ਦੇ ਦੋ ਪਹਿਲੂ ਹੈ, ਇੱਕ ਪਹਿਲੂ ਤੁਸੀਂ ਦੱਸਿਆ, ਲੇਕਿਨ ਸੱਚ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ 1997 ਦੇ ਚੁਣਾਵ ਤੋਂ ਬਾਅਦ ਪਹਿਲੀ ਵਾਰੀ 1997-1996 'ਚ ਅਸੀਂ ਲੜੇ ਸੀ। 1997 ਤੋਂ ਬਾਅਦ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ 13 ਲੋਕ ਸਭਾ 'ਚ ਲੜੀ, ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ 'ਚ ਲੜੀ। ਪਹਿਲੀ ਵਾਰੀ ਲੜਨ ਦੇ ਬਾਵਜੂਦ ਜਨਤਾ ਨੇ, ਮੈਂ ਸਮਝਣਾ, ਤਰਨ ਤਰਨ ਲੋਕ ਸਭਾ 'ਚੋਂ 1,00,000 ਲੋਕਾਂ ਦਾ ਵੋਟ ਮਿਲਣਾ, ਜਿੱਥੇ ਅਸੀਂ ਕਦੀ ਲੜੇ ਹੀ ਨਹੀਂ, ਫਤਿਹਗੜ੍ਹ ਸਾਹਿਬ, ਬਠਿੰਡਾ, ਫਿਰੋਜ਼ਪੁਰ, 1,00,000 ਵੋਟ ਪਏ। ਔਰ ਇਹ ਸ਼ੁਰੂਆਤ ਹੋਈ, ਜਨਤਾ ਨੇ ਸਾਡੇ ਵੱਲ ਵਿਸ਼ਵਾਸ ਦੀ ਸ਼ੁਰੂਆਤ ਕੀਤੀ। ਨਿਸ਼ਚਿਤ ਰੂਪ 'ਚ ਵਿਸ਼ਵਾਸ ਵਧੇਗਾ ਵੀ, ਬਹੁਤ ਚੰਦ ਹਜ਼ਾਰਾਂ ਵੋਟਾਂ ਨਾਲ ਅਸੀਂ ਲਗਭਗ 3 ਸੀਟਾਂ ਹਾਰੇ, ਜਨਤਾ ਦਾ ਵਿਸ਼ਵਾਸ ਵਧੇਗਾ ਵੀ, ਔਰ ਭਾਰਤੀ ਜਨਤਾ ਪਾਰਟੀ ਉਸ ਵਿਸ਼ਵਾਸ ਤੇ ਪੂਰੇ ਮਿੱਤਰ। ਆਮ ਆਦਮੀ ਪਾਰਟੀ ਨੂੰ ਕਿੰਨੇ ਵੋਟ ਪਏ? ਬੀਜੇਪੀ ਨੂੰ ਵੋਟ ਬੈਂਕ ਦਾ ਫਰਕ ਪਈ। ਆਮ ਆਦਮੀ ਪਾਰਟੀ ਨੂੰ ਕਿੰਨੇ ਵੋਟ ਪਏ? ਸਰ ਮੈਂ ਕਾਂਗਰਸ ਦੇ, ਮੈਂ ਵੈਸੇ ਕਹਿ ਰਿਹਾ, ਆਮ ਆਦਮੀ ਪਾਰਟੀ ਨੂੰ 15,000 ਵੋਟ। ਇਹ ਦੱਸਦਾ ਹੈ ਕਿ ਜਨਤਾ ਦਾ ਟ੍ਰੈਂਡ ਆਮ ਆਦਮੀ ਪਾਰਟੀ ਦੇ ਖਿਲਾਫ ਹੈ, ਜਨਤਾ ਦਾ ਟ੍ਰੈਂਡ ਵਾਅਦਾ ਖਿਲਾਫੀ ਦੇ ਖਿਲਾਫ ਹੈ, ਜਨਤਾ ਦਾ ਟ੍ਰੈਂਡ ਝੂਠਿਆਂ ਦੇ ਖਿਲਾਫ ਹੈ। ਜਿਹੜੇ ਲੋਕ ਪਰਫਾਰਮ ਨਹੀਂ ਕਰ ਪਾਏ ਉਹਨਾਂ ਦੇ ਖਿਲਾਫ। ਐਸਾ ਕਿ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਇੱਕ ਸੀਮਾ ਤੱਕ ਅਸੀਂ ਹਸਤਕਸ਼ੇਪ ਕਰ ਸਕਦੇ ਹਾਂ, ਲੇਕਿਨ ਅਸੀਂ ਸਟੇਟ ਦੀ ਸਰਕਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ, ਔਰ ਪੰਜਾਬ ਦੇ ਅੰਦਰ ਜਦੋਂ ਗ੍ਰਹਿ ਮੰਤਰੀ ਜੀ ਆਏ ਸੀ, ਉਹਨਾਂ ਨੇ ਇਹਨਾਂ ਮੁੱਦਿਆਂ ਦੇ ਉੱਤੇ ਸਟੇਟ ਗੌਰਮੈਂਟ ਨੂੰ, ਸਟੇਟ ਗੌਰਮੈਂਟ ਨਾਲ ਬੈਠ ਕੇ ਅਸੀਂ ਸੈਂਟਰ ਤੁਹਾਨੂੰ ਕੀ ਹੈਲਪ ਕਰ ਸਕਦਾ। ਦੇਖੋ, ਇੱਕ ਵੱਡੀ ਲੜਾਈ ਦੀ ਲੋੜ ਹੈ, ਮੈਨੂੰ ਪੋਲੀਟੀਕਲ ਮੁੱਦਾ ਨਹੀਂ ਬਣਾਉਣਾ ਚਾਹੁੰਦਾ। ਵੱਡੀ ਲੜਾਈ ਵਾਸਤੇ ਸਮਾਜ ਦੇ ਸਾਰੇ ਪਹਿਲੂਆਂ ਨੂੰ ਮਿਲਣਾ ਪਏਗਾ, ਸਾਰੀਆਂ ਸੰਸਥਾਵਾਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ, ਸਮਾਜਿਕ, ਧਾਰਮਿਕ, ਹਰ ਖੇਤਰ 'ਚ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਪਾਣੀ ਔਰ ਪੰਜਾਬ ਦੀ ਜਵਾਨੀ, ਇਹ ਦੋਨੋਂ ਬਚਾਉਣ ਅਸੀਂ ਨਿਕਲਣਾ ਪਏਗਾ। ਲੇਕਿਨ ਉਦਾਸੀਨ ਹੋ ਕੇ ਸਰਕਾਰਾਂ ਨਹੀਂ ਰਹਿ ਸਕਦੀਆਂ। 28 ਮਹੀਨੇ ਦੀ ਉਦਾਸੀ ਇਹ ਦੱਸਦੀ ਕਿ ਉਹਨਾਂ ਦੀ ਟੌਪ ਪ੍ਰਾਇਓਰਿਟੀ 'ਚ ਹੀ ਨਹੀਂ ਹੈ, ਪ੍ਰਾਇਓਰਿਟੀ 'ਚ ਵੀ ਨਹੀਂ ਹੈ। ਸਰ, ਗੱਲ ਕੀਤੀ ਡਿਸਪੈਂਸਰੀ ਦੀ, ਸਕੂਲ ਦੀ,
ਕਿਹਾ ਕਿ ਉੱਥੋਂ ਦੀ ਸੈਂਟਰ ਗਵਰਨਮੈਂਟ ਵੱਲੋਂ ਫੰਡ ਵੀ ਭੇਜੇ ਗਏ ਆ ਏਜੰਸੀਆਂ ਦੀ ਜਾਂਚ ਕਰ ਕਿ ਇੱਥੇ ਐਕਸ਼ਨ ਹੋਏਗਾ ਜਿਹੜਾ ਸਰ ਤੁਸੀਂ ਅਸੀਂ ਪੰਜਾਬੀ ਹਾਂ ਸਾਰੇ ਇੱਥੇ ਬੈਠੇ ਹਾਂ ਦੋ ਮੈਡੀਕਲ ਕਾਲਜ ਅੱਜ ਲਗਭਗ 3-3.5 ਸਾਲ ਹੋ ਗਏ ਆ ਸੈਂਕਸ਼ਨ ਹੋਏ ਨੇ 100-100 ਕਰੋੜ ਰੁਪਿਆ ਖਜ਼ਾਨੇ ਜਾ ਕੇ ਪਿਆ ਮੁੱਖ ਮੰਤਰੀ ਸਾਹਿਬ ਨੇ ਨੀਂਹ ਪੱਥਰ ਨਹੀਂ ਰੱਖਿਆ ਇੱਕ ਕਪੂਰਥਲਾ ਇੱਕ ਹੁਸ਼ਿਆਰ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਹੈਲਥ ਦਾ ਪੈਸਾ ਅਸੀਂ ਪੋਸਟਰਾਂ 'ਤੇ ਖਰਚ ਕਰ ਰਹੇ ਹਾਂ ਔਰ ਮੈਡੀਕਲ ਕਾਲਜ ਨਹੀਂ ਬਣਾ ਰਹੇ ਦੂਰਗਾਮੀ ਸੋਚ 'ਤੇ ਕੰਮ ਨਹੀਂ ਕਰ ਰਹੇ ਪੰਜਾਬ ਦੇ ਅੰਦਰ ਟਾਟਾ ਕੈਂਸਰ ਇੰਸਟੀਚਿਊਟ ਬਣੇ ਕੇਂਦਰ ਨੇ ਪ੍ਰਯਾਸ ਕਰਕੇ ਮੋਹਾਲੀ 'ਚ ਬਣਾਇਆ ਬਠਿੰਡੇ ਦੇ ਅੰਦਰ ਕੈਂਸਰ ਦੇ ਕੰਮ ਵਾਸਤੇ ਹਸਪਤਾਲ 'ਚ ਬਣਨ ਉਹਦੇ ਵਾਸਤੇ ਸੈਂਟਰ ਨੇ ਕੰਮ ਕੀਤਾ ਅੱਜ ਦੋ ਹੋਸਪਿਟਲ ਪੰਜਾਬ ਦੀ ਹੈਲਥ ਵਾਸਤੇ ਬਹੁਤ ਨੀਡ ਹੈ ਅਸੀਂ ਡਿਸਪੈਂਸਰੀ ਅਤੇ ਸੈਰਾਡੋਨ ਦੇਣ ਵਾਸਤੇ ਤਾਂ ਇਨਫਰਾਸਟਰਕਚਰ ਦੇ ਨਹੀਂ ਪਾ ਰਹੇ ਉੱਥੇ ਕੇਵਲ ਪੋਸਟਰ ਲਾ ਰਹੇ ਤੁਸੀਂ ਉਹ ਅਖਬਾਰਾਂ 'ਚ ਲਿਖਿਆ ਕਿ ਪੰਜਾਬ ਦੇ ਅਫਸਰ ਫਾਈਲਾਂ 'ਤੇ ਸਾਈਨ ਕਰਨ ਨੂੰ ਤਿਆਰ ਨਹੀਂ ਕਿ ਵਿਕਾਸ 'ਤੇ ਹੋਇਆ ਸੈਂਕੜਿਆਂ ਰੁਪਿਆਂ ਦਾ ਜਾਂ ਸੈਂਕੜੇ ਰੁਪਿਆਂ ਦਾ ਅਤੇ ਹਜ਼ਾਰਾਂ ਰੁਪਏ ਉਹਦੀ ਐਡਵਰਟਾਈਜ਼ਮੈਂਟ 'ਤੇ ਖਰਚ ਕਰਨ ਵਾਸਤੇ ਅਫਸਰ ਤਿਆਰ ਨਹੀਂ ਉਹ ਬਦਲੀਆਂ ਕਰਾ ਕੇ ਅਤੇ ਛੁੱਟੀਆਂ ਲੈ ਕੇ ਜਾ ਰਹੇ ਪ੍ਰੋਪੋਗੰਡਾ ਕਰਨਾ ਚਾਹੀਦਾ ਲੇਕਿਨ ਕੀਤੇ ਹੋਏ ਕੰਮ ਦਾ ਕਰੀਏ ਕੰਮ ਛੋਟਾ ਅਤੇ ਪ੍ਰੋਪੋਗੰਡਾ ਜ਼ਿਆਦਾ ਇਹਦੇ ਨਾਲ ਜਨਤਾ ਦਾ ਵਿਕਾਸ ਨਹੀਂ ਹੋ ਸਕਦਾ ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਿਲਾ ਕੇ ਜਾਣਾ ਬਹੁਤ ਦੁੱਖ ਹੋਇਆ ਜਦੋਂ ਮੈਂ ਕੱਲ ਕੁਛ ਇਲਾਕਿਆਂ ਚ ਗਿਆ ਕਿਹੜਾ ਮਹੱਲਾ ਸੀ ਜਿੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਸੀ ਬਸਤੀ ਦਾਨਿਸ਼ਮੰਦਾ ਲੋਕ ਲੇਡੀਜ਼ ਆ ਕੇ ਕਹਿ ਰਹੀ ਹੈ ਜੀ ਉਹਨਾਂ ਨੇ ਤਾਂ ਮੈਨੂੰ ਕਿਹਾ 900 ਕਰੋੜ ਰੁਪਿਆ ਲੱਗਾ ਹੁਣ ਉਹ ਕਿੰਨਾ ਮੈਨੂੰ ਨਹੀਂ ਅਮਾਊਂਟ ਪਤਾ ਕਿ ਅੰਮ੍ਰਿਤਸਰ ਆਪਣਾ ਜਲੰਧਰ ਸ਼ਹਿਰ ਅਤੇ 900 ਕਰੋੜ ਰੁਪਿਆ ਆਇਆ ਅਤੇ ਸਾਡੇ ਇਲਾਕੇ ਦਾ ਸੀਵਰੇਜ ਨਹੀਂ ਹੋਇਆ ਜਦਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੰਮ੍ਰਿਤ ਸਕੀਮ ਦੇ ਅੰਦਰ ਸੀਵਰੇਜ ਔਰ ਡਰਿੰਕਿੰਗ ਵਾਟਰ ਵਾਸਤੇ ਸਾਰੇ ਦੇਸ਼ 'ਚ ਯੋਜਨਾ ਚੱਲ ਰਹੀ ਔਰ ਆ ਪੈਸਾ ਆਇਆ ਅਤੇ ਗਿਆ ਕਿੱਥੇ ਜੇ ਅਸੀਂ ਦੂਜੀ ਕਲੋਨੀ 'ਚ ਗਏ ਤਾਂ ਉੱਥੇ ਵੀ ਲੋਕ ਖੜ੍ਹੇ ਹੋ ਗਏ ਮੈਂ ਸਵੇਰੇ ਇਸ ਸੈਂਟਰਲ ਟਾਊਨ ਸ਼ਹਿਰ 'ਚੋਂ ਨਿਕਲ ਰਿਹਾ ਸੀ ਆਉਣ ਲੱਗ ਰਿਹਾ ਸੀ ਕਿ ਕਾਰ ਡੁੱਬ ਨਾ ਜਾਏ ਇੰਨਾ ਪਾਣੀ ਇਹ ਸਮਾਰਟ ਸਿਟੀ ਦਾ ਪੈਸਾ ਮਿਸਯੂਜ਼ ਹੋਇਆ ਨਿਸ਼ਚਿਤ ਰੂਪ ਸਿਰ 'ਚ ਜਾਂਚ ਕਰਾਵਾਂਗੇ ਆਪ ਕੰਪਲੇਂਡੈਂਟ ਬਣਾਂਗੇ ਲੋਕਲ ਲੋਕ ਕੰਪਲੇਂਡੈਂਟ ਬਣਨਗੇ ਕਿ ਵੀ ਸੈਂਟਰ ਗੌਰਮੈਂਟ ਮੋਦੀ ਸਾਹਿਬ ਪੈਸਾ ਭੇਜ ਰਹੇ ਅੱਜ 1,42,00,000 ਲੋਕਾਂ ਦਾ ਰਾਸ਼ਨ ਮੋਦੀ ਸਾਹਿਬ ਭੇਜ ਰਹੇ ਡਿਸਟ੍ਰੀਬਿਊਟ ਨਹੀਂ ਹੋ ਰਿਹਾ ਪੰਜਾਬ ਦੇ ਅੰਦਰ 1,42,00,000 ਲੋਕਾਂ ਨੂੰ ਰਾਸ਼ਨ ਆ ਰਿਹਾ ਸਰ ਮੈਂ ਵੀ ਆਪਣਾ ਫਰਜ਼ ਨਿਭਾਵਾਂਗਾ ਲੋਕਤੰਤਰ ਦਾ ਚੌਥਾ ਸਰ ਮੈਂ ਨਹੀਂ ਬੀਜੇਪੀ ਸਰ ਮੇਰੀ ਗੱਲ ਸੁਣ ਲਓ ਨਾ ਜੇ ਅਸੀਂ ਥੋੜਾ ਸਪੀਡ ਨਾਲ ਚੱਲਦੇ ਹਾਂ ਤੁਸੀਂ ਕਹਿੰਦੇ ਜੀ ਤੁਸੀਂ ਧੱਕਾ ਨਾ ਕਰਦੇ ਹੋਣੇ ਤੁਸੀਂ ਪ੍ਰਸ਼ਨ ਪੁੱਛਦੇ ਵੀ ਈਡੀ ਤੇ ਨਹੀਂ ਭੇਜ ਦਿਓਗੇ ਤੇ ਹੁਣ ਜੇ ਧੱਕਾ ਹੋਇਆ ਤੇ ਤੁਹਾਡਾ ਵੀ ਦੇਖੋ ਮੈਂ ਤੇ ਕਹਿ ਰਿਹਾ
ਇਹ ਭਾਜੀ ਨੇ ਕਿਹਾ ਨਾ ਭਾਜੀ, ਅੱਛਾ ਚਲੋ ਜਲਦੀ ਜਲਦੀ ਜਦੋਂ ਮੈਂ ਤੁਹਾਨੂੰ ਨੈਕਸਟ ਮਿਲਾਂਗਾ ਜਲਦੀ ਉਹ ਮਿਲਾਂਗਾ ਔਰ ਉਹਤੇ ਕਾਰਵਾਈ ਦੀ ਰਿਪੋਰਟ ਲੈ ਕੇ ਮਿਲਾਂਗਾ। ਲੇਕਿਨ ਮੇਰਾ ਤੁਹਾਡੇ ਅੱਗੇ ਵੀ ਨਿਵੇਦਨ ਹੈ, ਤੁਸੀਂ ਲੋਕਤੰਤਰ ਦਾ ਚੌਥਾ ਸਤੰਭ ਹੋ, ਤੁਹਾਡੇ ਹੱਥ 'ਚ ਕਲਮ ਜਾਂ ਕੈਮਰਾ ਜਿਹੜਾ ਹੈ ਇਹ ਜਨਤਾ ਤੱਕ ਸੱਚਾਈ ਪਹੁੰਚਾਉਣ ਵਾਸਤੇ, ਜਲੰਧਰ ਦੀ ਸੱਚਾਈ ਵਾਸਤੇ ਜਿੱਥੇ ਅਸੀਂ ਪ੍ਰਯਾਸ ਕਰਾਂਗੇ ਤੁਸੀਂ ਵੀ ਪ੍ਰਯਾਸ ਕਰੋ। ਧੰਨਵਾਦ।